ਹਜ਼ੂਰ ਸਾਹਿਬ ਦੀ ਪਾਵਨ ਉਹ ਧਰਤੀ ਜਿੱਥੇ ਤੁਸੀਂ ਸਾਰੀ ਇਹ ਸੇਵਾ ਭੇਜ ਰਹੇ ਹੋ, ਜਿਨ੍ਹਾਂ ਦੀ ਕਿਰਪਾ ਨਾਲ ਇਹ ਸਥਾਨ, ਇਹ ਮੇਲਾ, ਸਾਰਾ ਕੁਛ ਚੱਲ ਰਿਹਾ। ਦੋ ਵਸਤੂਆਂ, ਗੁਰੂ ਦਾ ਲੰਗਰ ਤੇ ਤੁਹਾਡਾ ਦਸਵੰਧ ਦਿੱਤਾ ਹੋਇਆ ਉਹ ਗੁਰੂ ਦੇ ਚਰਨਾਂ ਵਿੱਚ ਪ੍ਰਵਾਨ, ਤੇ ਲੰਗਰ ਦੀ ਉਹ ਮਰਿਆਦਾ ਜਿਹੜੀ ਹੈ ਉਸਨੂੰ ਬਰਕਰਾਰ ਰੱਖਿਆ ਹੋਇਆ। ਦੂਸਰੀ ਗੱਲ ਇਹ ਕਿ ਜੇ ਕਿਤੇ ਕੌਮ ਉੱਤੇ ਕੋਈ ਬਿਪਤਾ ਬਣੀ ਹੈ, ਸੰਕਟ ਆਇਆ ਹੈ, ਤੇ ਉਸ ਵੇਲੇ ਹਜ਼ੂਰ ਸਾਹਿਬ ਦੀ ਇਹ ਸੰਸਥਾ ਗੁਰਦੁਆਰਾ ਲੰਗਰ ਸਾਹਿਬ ਦੀ ਛਾਲਾ ਮਾਰ ਕੇ ਅੱਗੇ ਆਈ ਹੈ। ਛਾਲਾ ਮਾਰ ਕੇ ਨਿਤਰੇ ਉਦੋਂ ਕੋਈ ਕੋਈ ਜਦੋਂ ਵਿੱਚ ਮੈਦਾਨ ਦੇ ਜੰਗ ਹੋਵੇ। ਉਹ ਟਾਵੀ ਨਾਰ ਕੋਈ ਪਤੀ ਦੀ ਕਰੇ ਸੇਵਾ ਜਦੋਂ ਹੱਥੀ ਨਾ ਕੱਚ ਦੀ ਵੰਗ ਹੋਵੇ। ਦਾਂਤਦਾਰ ਦੀ ਪ੍ਰੀਖਿਆ ਤਦ ਹੁੰਦੀ ਗੋਡੇ ਗੋਡੇ ਜਦ ਭੁੱਖ ਤੇ ਨੰਗ ਹੋਵੇ। ਸੰਗਤੇ ਉਦੋਂ ਫਿਰ ਨਿਤਰੇ ਕਵੀ ਕੋਈ ਕੋਈ ਜਦੋਂ ਕਵਿਤਾ ਦਾ ਕਾਫੀਆ ਤੰਗ ਹੋਵੇ। ਜਦੋਂ ਕੌਮ ਤੇ ਕੋਈ ਬਿਪਤਾ ਬਣਦੀ ਹੈ ਤਾਂ ਉਦੋਂ ਵੀ ਹਜ਼ੂਰ ਸਾਹਿਬ ਦੀ ਇਹ ਸੰਪਰਦਾ ਛਾਲਾ ਮਾਰ ਕੇ ਮੈਦਾਨ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਹਜ਼ੂਰ ਸਾਹਿਬ ਦੇ ਕੁਝ ਸਿੰਘਾਂ ਨੂੰ, ਸੇਵਾਦਾਰਾਂ ਨੂੰ ਇਹ ਗੱਲ ਆਖੀ ਸੀ ਵੀ ਸਿੰਘੋ ਨੌਜਵਾਨੋ, ਬੋਰੀਆਂ ਤੇ ਬੜੀਆਂ ਭਾਰੀਆਂ ਚੁੱਕ ਚੁੱਕ ਕੇ ਲਿਆਉਂਦੇ ਹੋ ਕਾਰ ਸੇਵਾ ਦੀਆਂ, ਤੇ ਸਮਾਂ ਆਉਣ ਵਾਲਾ ਹੈ ਤੇ ਉੱਥੇ ਜੇ ਬੋਰੀਆਂ ਚੁੱਕਣੀਆਂ ਪਈਆਂ ਅਸਲੇ ਦੀਆਂ ਭਰੀਆਂ ਤੇ ਉਹ ਫਿਰ ਤਾਂ। ਸਿੰਘਾਂ ਨੇ ਚੜ੍ਹਦੀ ਕਲਾ ਵਿੱਚ ਆਖਿਆ ਬਾਬਾ ਜੀ ਸਮਾਂ ਆਉਣ ਦਿਓ, ਤੇ ਜੇ ਗੁਰੂ ਨੇ ਸੇਵਾ ਲਈ ਹੱਥ ਸਿਰ ਤੇ ਰੱਖਿਆ ਤੇ ਸਭ ਤੋਂ ਅੱਗੇ ਹੋ ਕੇ ਛਾਲਾ ਮਾਰਾਂਗੇ। 40 ਸਿੰਘਾਂ ਦਾ ਜਥਾ ਸ਼੍ਰੀ ਹਜ਼ੂਰ ਸਾਹਿਬ ਦੀ ਪਾਵਨ ਨਗਰੀ ਤੋਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੇ ਜਦੋਂ ਅਟੈਕ ਹੋਇਆ, ਸ਼ਹੀਦੀ ਬਾਟਾ ਪੀਣ ਵਾਸਤੇ 40 ਸਿੰਘਾਂ ਦਾ ਜਥਾ ਚੱਲਿਆ ਸੀ, ਜਿਨ੍ਹਾਂ ਵਿੱਚੋਂ ਮੈਂ ਭੁੱਲਦਾ ਨਾ ਹੋਵਾਂ ਬਾਬਾ ਜੀ 37 ਸਿੰਘਾਂ ਦੀ, 30 ਤੇ 7 37 ਸਿੰਘਾਂ ਨੇ ਸ਼ਹੀਦੀ ਬਾਟੇ ਪੀ ਲਏ ਸਨ। 3 ਸਿੰਘ ਉਹਨਾਂ ਵਿੱਚੋਂ, ਤੁਸੀਂ ਪਿਛਲੇ ਦਿਨੀ ਇੱਥੇ ਬਾਬਾ ਲਖਵਿੰਦਰ ਸਿੰਘ ਜੀ ਪਿਛਲੇ ਸਾਲ ਆਏ ਸਨ ਮੇਲੇ ਤੇ, ਉਸ ਤੋਂ ਪਿਛਲੇ ਸਾਲ, ਔਰ 2 ਸਿੰਘ ਹੋਰ ਜਿਹੜੇ ਗੁਰੂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਉਹਨਾਂ ਨੇ ਸਾਰੀ ਵਿਥਿਆ ਉਸ ਸਮੇਂ ਦੀ ਦੱਸੀ। ਸੰਤ ਹੋਵੇ ਤੇ ਸਿਪਾਹੀ ਹੋਵੇ, ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਸੀ ਲੱਖੀ ਬਣ ਜਾ ਰਿਹਾ, ਮੈਂ ਗੁਰੂ ਨਾਨਕ ਦੇ ਸਿੱਖ ਨੂੰ ਸਿਪਾਹੀ ਬਣਾ ਦਿਆਂਗਾ। ਹੁਣ ਇੱਕ ਹੱਥ ਵਿੱਚ ਮਾਲਾ ਹੋਵੇਗੀ ਤੇ ਦੂਜੇ ਹੱਥ ਵਿੱਚ ਤਲਵਾਰ ਹੋਏਗੀ। ਜਿਵੇਂ ਉੱਡਣ ਵਾਲੇ ਜਾਨਵਰਾਂ ਚੋਂ ਬਾਜ਼ ਦੀ ਪਛਾਣ ਵੱਖਰੀ ਹੈ, ਜੰਗਲ ਦੇ ਜਾਨਵਰਾਂ ਚੋਂ ਸ਼ੇਰ ਦੀ ਪਛਾਣ ਵੱਖਰੀ ਹੈ, ਓਇਆ ਦੁਨੀਆਂ ਦੇ ਲੋਕਾਂ ਵਿੱਚੋਂ ਮੇਰੇ ਸਿੱਖ ਦੀ ਪਛਾਣ ਵੱਖਰੀ ਕਰਕੇ ਰੱਖ ਦਿਆਂਗਾ। ਲੱਖਾਂ ਵਿੱਚ ਬੈਠਾ ਲੁਕੇਗਾ ਨਹੀਂ, ਲੋਕ ਆਖਣਗੇ ਉਹ ਗੁਰੂ ਦਾ ਸਿੱਖ ਬੈਠਾ ਹੋਇਆ। ਮੈਂ ਉਹ ਸਮਾਂ ਵਿਖਾ ਦਿਆਂਗਾ, ਮੈਂ ਜ਼ਾਲਮ ਦੇ ਪੈਰਾਂ ਹੇਠਾਂ ਅੰਗਿਆਰ ਵਿਛਾ ਦਿਆਂਗਾ। ਪਰ ਆਓ, ਮੈਂ ਗੱਲ ਕਰ ਰਿਹਾ ਸਾਂ ਹਜ਼ੂਰ ਸਾਹਿਬ ਦੀ ਉਸ ਪਾਵਨ ਨਗਰੀ ਦੀ, ਜਿੱਥੇ ਉਹ ਲੰਗਰ ਦੀ ਪਰੰਪਰਾ ਚੱਲ ਰਹੀ ਹੈ, ਤੇ ਉਹ ਬਚਨ ਜਿਹੜਾ ਮੇਰੇ ਕਲਗੀਆਂ ਵਾਲੇ ਨੇ ਕੀਤਾ ਸੀ ਬਾਬਾ ਨਿਧਾਨ ਸਿੰਘ ਹੋਣਾ ਨੂੰ, ਉਹ ਤਾਂ ਮੈਂ ਅੱਖਾਂ ਨਾਲ ਵੇਖ ਲਿਆ। ਮਹਾਰਾਜ ਲੰਗਰ ਮਾਇਆ ਨਾਲ ਚੱਲਣਾ ਹੈ, ਤੇ ਸਾਹਿਬ ਕਹਿੰਦੇ ਨੇ ਕਿਉਂ ਚਿੰਤਾ ਕਰਦਾ ਹੈ ਨਾਨਕ, ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੇ ਨਿਧਾਨ ਸਿਆ, ਹੱਥ ਤੇਰਾ ਤੇ ਖੀਸਾ ਮੇਰਾ। ਉਹ ਜਿੰਨੇ ਮਰਜ਼ੀ ਕੱਢੀ ਗੁਰੂ ਦੇ ਲੰਗਰ ਦੇ, ਕਰੀ ਸੇਵਾ ਗੁਰੂ ਦੀਆਂ ਸੰਗਤਾਂ ਦੀ, ਉਹ ਇੱਥੇ ਤੋਟ ਨਹੀਂ ਆ ਸਕਦੀ। ਸਾਧੂਆਂ ਦਾ ਉਹ ਬਚਨ ਉਹ ਪੂਰਾ ਹੋਇਆ ਅੱਜ ਬਾਈ।
ਅੱਜ ਸਾਧੂ ਜਨ ਉੱਥੇ ਜਿਹੜੀ ਸੇਵਾ ਹੋ ਰਹੀ ਹੈ ਲੰਗਰ ਦੀ, ਉਹ ਗੁਰੂ ਦੇ ਸਥਾਨਾਂ ਉੱਤੇ ਜਾ ਕੇ ਜਿਹੜੇ ਤੁਸੀਂ ਦਰਸ਼ਨ ਕਰਦੇ ਹੋ, ਇਹਨਾਂ ਕੋਲ ਨਾਮ ਦਾ ਖਜ਼ਾਨਾ, ਤੇ ਜਿਹਦੇ ਕੋਲ ਨਾਮ ਰੂਪੀ ਖਜ਼ਾਨਾ ਹੈ ਉਹ ਖਜ਼ਾਨਾ ਤੇ ਮੁੱਕਦਾ ਹੀ ਨਹੀਂ। ਆਓ ਮੈਂ ਆਪਣੇ ਸਮੇਂ ਅੰਦਰ ਰਹਿ ਕੇ ਇੱਕ ਸ਼ਬਦ ਕਹਿ ਕੇ ਸਮਾਪਤੀ ਕਰ ਦੇਣੀ ਹੈ। ਇਹ ਚੀਜ਼ ਅਸਾਂ ਇੱਥੇ ਨਵੀਂ ਲਿਖ ਕੇ ਲੈ ਕੇ ਆਏ ਹਾਂ, ਗੁਰੂ ਸਾਹਿਬ ਕਿਰਪਾ ਕਰਨ। ਹਾਂ ਵੀ ਜੋ ਹੁੰਦਾ ਸਾਧੂਆਂ ਦੇ ਕੋਲ, ਹੁੰਦਾ ਸਾਧੂਆਂ ਦੇ ਕੋਲ ਸੱਚੇ ਨਾਮ ਦਾ ਖਜ਼ਾਨਾ, ਹੁੰਦਾ ਸਾਧੂਆਂ ਦੇ ਕੋਲ ਸੱਚੇ ਨਾਮ ਦਾ ਖਜ਼ਾਨਾ। छोटे थे तो माँ प्यार से मूर्ख बुलाती थी, मूर्खानंद, और ये तो सच में मूर्ख समझते हैं। कस्टम डिपार्टमेंट वाले बन के कॉल कर रहे हैं और कह रहे हैं कि आपके पार्सल से ड्रग्स पकड़ा गया। सब समझते हैं, पहले डराएंगे फिर कहेंगे पैसे ट्रांसफ़र करो। अब प्यार से चाहे जो बुला लो, पर मैं मूर्ख नहीं हूँ, याद रहे। UPI सेफ है, यदि आपको भी कोई इस तरह डराना चाहे तो उसे कहो मैं मूर्ख नहीं हूँ। लोभ लाल चाहतो परे उपकार ही निशाना, हुंदा साधुआं दे कोल सच्चे नाम दा खजाना, हुंदा साधुआं दे कोल।
ਜਵਾਈ, ਗਊ ਨਾਮੇ ਦੀ ਜਵਾਈ, ਗੁਰਬਾਣੀਆਂ ਫਸਾਨਾ ਹੁੰਦਾ ਸਾਧੂਆਂ ਦੇ ਕੋਲ, ਸੱਚੇ ਨਾਮ ਦਾ ਖਜ਼ਾਨਾ ਹੁੰਦਾ ਸਾਧੂਆਂ ਦੇ ਕੋਲ, ਠੀਕ ਗੁਲਵਾਨਾ ਹੁੰਦਾ ਸਾਧੂਆਂ ਦੇ ਕੋਲ, ਸੱਚੇ ਨਾਮ ਦਾ ਖਜ਼ਾਨਾ ਹੁੰਦਾ ਸਾਧੂਆਂ ਦੇ ਕੋਲ, ਨਾ ਕੋਈ ਰਾਜ ਰਾਣਾ ਹੁੰਦਾ ਸਾਧੂਆਂ ਦੇ ਕੋਲ, ਸੱਚੇ ਨਾਮ ਦਾ ਖਜ਼ਾਨਾ ਹੁੰਦਾ ਸਾਧੂਆਂ ਦੇ ਕੋਲ, ਕਹਿਣ ਕਰਨੀ ਮਹਾਨ ਤਾਂ ਪੂਜਦਾ ਜਮਾਨਾ, ਕਹਿਣ ਕਰਨੀ ਮਹਾਨ ਤਾਂ ਪੂਜਦਾ ਜਮਾਨਾ ਹੁੰਦਾ ਸਾਧੂਆਂ ਦੇ ਕੋਲ, ਸੱਚੇ ਨਾਮ ਦਾ